ਸਾਜ ਕੇ ਸਾਰਿਆਂ ਨੂੰ ਅੱਛਾ ਸਵਾਗਤ ਤੁਹਾਡੇ ਗੱਲਾਂ ਬਾਤਾਂ ਦੇ ਰੋਮਾਂਚਕ ਗੁਰਲਾਲੀ ਬਾਬਤ ਸੀਰੀਜ਼ ਦੇ ਵਿੱਚ। ਆਓ ਗੱਲਾਂ ਬਾਤਾਂ ਦਾ ਰੋਮਾਂਚਕ ਪ੍ਰੋਗਰਾਮ ਸ਼ੁਰੂ ਕਰੀਏ। ਇਹ ਫਿਰ ਚੱਲੇ ਇੰਗਲੈਂਡ, ਕਿੱਥੋਂ ਚੱਲ ਜੂਗਾ ਯਾਰ ਇਹ। ਮਤਲਬ ਮੈਨੂੰ ਸਾੜਾ ਨਹੀਂ ਗਾ, ਭਾਵੇਂ ਜਾਵੇ ਮੇਰੇ ਭਾਣੇ ਅਮਰੀਕਾ ਦੀ ਚੁੰਡ ਨੂੰ ਉਂਗਲ ਲਾ ਕੇ ਆ ਜੇ, ਮੈਨੂੰ ਕੋਈ ਚੱਕਰ ਨਹੀਂ। ਪਰ ਲੱਛਣ ਤਾਂ ਵੇਖ ਕੇ ਕਰਿਆ ਕਰੋ ਨਾ, ਹੁਣ ਵਾਕਈ ਚੱਲਿਆ। ਆਓ ਚੱਲ ਗਿਆ ਤੇਰਾ ਯਾਰ, ਸ਼ੁਕਰ ਮਾਲਕ ਦਾ, ਬਹੁਤ ਸੁਣਿਆ ਬਹੁਤ ਬੋਲੇ ਸਾਰੇ। ਉਹ ਤੇਰਾ ਭਲਾ ਹੋ ਜਾਵੇ, ਸੱਚੀ ਤਾਂ ਚੱਲ ਗਿਆ, ਸ਼ੁਕਰ ਮਾਲਕ ਦਾ ਯਾਰ। ਇੰਗਲੈਂਡ ਵਾਲੇ ਹੋ ਗਏ ਉਹ, ਪਹਿਲਾਂ ਏਅਰ ਹਾਲੇ ਤਾਂ ਏਅਰਪੋਰਟ ਲਾਈਆਂ ਤੂੰ, ਏਅਰਪੋਰਟ 'ਤੇ ਖੜਾ ਤਾਂ ਫੋਟੋ ਲਾਈ ਜਾਂਦਾ, ਆਹ ਕਿਹਦੀ ਜਨਾਨੀ ਨਾਲ ਖੜਾ, ਇਹ ਕੌਣ ਹੈ, ਦੀਦੀ ਆ ਕੋਈ ਤੇਰੀ, ਕਿ ਦੂਜਾ ਵਿਆਹ ਕਰਾ ਲਿਆ, ਕੋਰਟ ਮੈਰਿਜ ਕਰਾ ਕੇ ਤੈਨੂੰ ਟੱਪ ਗਿਆ ਕਿਤੇ। ਚਲੋ ਕਿਤੇ ਪ੍ਰੀਤ ਜਾਂਦੀ ਨਾ, ਵੇ ਚੱਲਦੀ ਹੋ, ਮੈਂ ਜਾਵਾਂ। ਆਓ ਵੇਖੀਏ, ਸ਼ੁਰੂ ਕਰੀਏ ਗੱਲਾਂ ਬਾਤਾਂ ਦਾ ਰੋਮਾਂਚਿਕ ਪ੍ਰੋਗਰਾਮ 'ਤੇ। ਸੱਚੀ ਚੱਲ ਗਿਆ, ਲੱਛਣ ਕਰਦਾ ਹੋਣਾ ਏਅਰਪੋਰਟ 'ਤੇ ਚੜ੍ਹਾਉਣ ਗਿਆ ਹੋਣਾ, ਕਿਸੇ ਨੇ ਫੋਟੋ ਖਿੱਚ ਕੇ ਆਪਦੀ ਲਾ ਦੀ ਹੋਣੀ ਉੱਥੇ ਲੀੜੇ, ਨਾਲੇ ਇੰਗਲੈਂਡ ਦੋ ਟੈਚ ਹੀ ਲਾਊਗਾ, ਤੂੰ ਇੱਕ ਹੀ ਲੈ ਕੇ ਚੱਲਣਾ ਟੋਪੇ, ਕੀ ਗੱਲ, ਕਿ ਸਮਾਨ ਥੋੜ੍ਹਾ ਸੀ ਤੇਰੇ ਕੋਲ, ਤੇਰਾ ਸਾਰਾ ਕੁਛ ਉੱਥੇ ਪਿਆ ਹੀ ਸੀ ਪਹਿਲਾਂ ਹੀ, ਤੇਰੇ ਵਰਗਾ ਤਾਂ ਤਿੰਨ ਬੈਗ ਭਰ ਲਏ, ਮੋਢਿਆਂ ਨਾਲੇ ਵੀ 15 ਕਿਲੋ ਟੰਗ ਲਏ ਤੂੰ। ਜਾਂ ਇਹ ਡਰਾਈਵਰੀ ਦਾ ਕੰਮ ਕਰਦਾ, ਕਿਸੇ ਨੂੰ ਚੜ੍ਹਾਉਣ ਗਿਆ ਹੋਣਾ ਦਿੱਲੀ ਏਅਰਪੋਰਟ 'ਤੇ, ਉੱਥੇ ਨੇ ਚੱਲ ਠੀਕ ਆ ਗਿਆ, ਚੱਲਿਆ ਕੋਈ ਤਾਂ ਪੱਕਾ। ਭਰਾਵਾ ਜਦੋਂ ਤੂੰ ਜਾਣਾ ਹੀ ਨਹੀਂ ਗਾ, ਤੈਨੂੰ ਆਪਦਾ ਥੰਮਣੇ ਲਾ ਦੀ ਦੋਸਤ ਬਾਏ ਬਾਏ ਦੋਸਤ ਨੂੰ ਕਰ ਦੇ, ਸ਼ੁਕਰ ਮੌਲਕਾ ਲੋ ਵੀ ਮਿੱਤਰਾ, ਨਾਲੇ ਚੱਲਿਆ ਸੀਗਾ ਸ਼ੁਕਰ ਮਾਲਕ ਦਾ, ਨਾਲੇ ਆਖਦਾ ਕਰਤੇ ਮੂੰਹ ਬੰਦ, ਜੇ ਵੋ ਕਹਿੰਦਾ ਬਾਏ ਬਾਏ। ਉਹ ਤੂੰ ਸੱਚੀ ਟੋਪਾ ਬਾਵੇ ਜੈਨੂਨ ਵੇਚ, ਵੱਡੇ ਵਾਲਾ ਖੁੱਲਾ ਟੋਪਾ, ਗੱਪਾਂ ਦਾ ਟੋਪਾ ਰਾਣੇ ਨਾਲ, ਹੁਣ ਤਾਂ ਮਜ਼ਾਕ ਹੀ ਆ, ਜੋ ਮਰਜ਼ੀ ਕਰ ਲੈ। ਚਲੋ ਦਿੱਲੀ ਏਅਰਪੋਰਟ ਪਹੁੰਚ ਗਿਆ ਚੜ੍ਹਾਉਣ, ਕੋਈ ਨਾ ਚਾਹ ਨੂੰ ਅੰਕਲ ਚਲਾ ਲੈਣ ਦੋ। ਹੋਰ ਵੀ ਵਧੀਆ ਚੀਜ਼ ਆ, ਪੋਰਟਰ ਮਿਲ ਜਾਂਦਾ ਤੁਹਾਨੂੰ ਪਤਾ, ਪੋਰਟਰ ਦਾ ਸਿਸਟਮ, ਕਈ ਲੋਕ ਆਖਦੇ ਆ ਲਓ, ਕਈ ਆਖਦੇ ਨਾ ਲਓ, ਹਨਾ ਉਹ ਤੁਹਾਡੀ ਬੋਰਡਿੰਗ ਪਾਸ ਜੇ ਤੁਹਾਨੂੰ ਮਿੰਟ 'ਚ ਦਵਾ ਦਿੰਦੇ, ਉਹ 500 ਰੁਪਇਆ ਲੱਗਦਾ, ਇੱਥੇ ਹੁੰਦੇ ਆ, ਇੱਥੇ ਇੱਥੇ ਕਮਰਾ 'ਚ ਬਣਿਆ ਹੁੰਦਾ ਇੱਕ, ਉਹ ਪੋਰਟਰ ਹੁੰਦਾ 500 ਰੁਪਏ ਲੈਂਦਾ ਤੁਹਾਡੇ, ਜਿਵੇਂ ਆ ਚੱਲ ਮੜੀਰ ਨੂੰ ਕੁੜੀਆਂ ਨੂੰ ਤਾਂ ਕੋਈ ਨਹੀਂ, ਕਈ ਵਾਰ ਆਪਣੇ ਬਜ਼ੁਰਗ ਮਾਤਾ ਪਿਤਾ ਜਾਂਦੇ ਆ ਨਾ, ਉਹਨਾਂ ਨੂੰ ਔਖਾ ਹੁੰਦਾ ਉਹ ਰੇੜੀ ਜੀ ਰੇੜਨੀ, ਕਿਉਂਕਿ ਕਈਆਂ ਸਿੱਧਾ ਰੋੜੇ ਜਾਂਦੀ, ਕਈ ਨੱਪ ਕੇ ਜੇ ਰੇੜਦੀਆਂ ਹੁੰਦੀਆਂ, ਉਹ ਔਖੀਆਂ ਹੁੰਦੀਆਂ, ਗਾਂ ਬੈਗਾਂ ਬੁੱਗਾਂ ਦਾ ਟਾਂਟਾ ਸੋ ਟਾਂਟਾ, ਉਹ ਵਜਨ ਵੁਜਨ 'ਚ ਵੀ ਕਰਾ ਦਿੰਦੇ ਆ ਸੈਟਿੰਗ ਆਪੇ, ਪਰ ਇਹ ਨਹੀਂ ਕਿ 15 ਕਿਲੋ ਟੈਚ ਹੀ ਲਿਖਿਆ ਤੁਸੀਂ 35 ਭਰ ਕੇ ਲੈ ਜਾਓ, ਇੰਨੀ ਵੀ ਨਹੀਂ ਕਰਾਉਂਦੇ ਉਹ, 2-4 ਕਿਲੋ ਦੀ ਕਰਾ ਦਿੰਦੇ ਆ ਟਾਂਟਾ, ਸੁਣਿਆ ਮੈਂ 500 ਰੁਪਈਏ ਲੈਂਦੇ ਆ ਪੋਰਟਰ ਉਹ, ਅਤੇ ਤੁਹਾਡਾ ਬੋਰਡਿੰਗ ਕਲਾਸ ਮਿੰਟ 'ਚ ਦਵਾ ਦਿੰਦੇ ਆ, ਲੈਨ 'ਚ ਤਾਂ ਲੱਗਣਾ ਪੈਂਦਾ ਹੀ ਆ। ਦਿੱਲੀ ਏਅਰਪੋਰਟ ਤੇ ਹੁਣ ਤੈਨੂੰ ਪੰਜਾਬੀ ਵੇਖੋ, ਹੋਰ ਤੂੰ ਕੀ ਇੱਥੇ ਭਾਰਦਾ, ਨਿਊਯਾਰਕ ਵਾਲੇ ਗੋਰੇ ਫਿਰਦੇ ਹੁਣ, ਕਮਾਲ ਹੋ ਗਈ ਤੇਰੇ ਵਾਲੀ, ਇਹ ਵੀ ਬਾਵੇ ਵਰਗੇ ਹੀ ਹੈਗੇ, ਚੱਲਿਆ ਕੌਣ ਇੰਗਲੈਂਡ, ਸਾਰੇ ਤਾਂ ਟੱਚ ਹੀ ਰੜਨ ਲੱਗੇ ਆ, ਇੱਕ ਮਿੰਟ ਦਾ ਵਲੌਗ ਨਹੀਂ ਟੱਪਿਆ ਬਸ, ਮੈਂ ਇੱਕ ਚੀਜ਼ ਵੇਖੀਏ, ਜਿੰਨੇ ਇਹਨੇ ਪੁੱਠੇ ਸੱਦੇ ਸਾਹਮਣੇ ਲਾਏ ਨਾ, ਉਨੇ ਹੀ ਇਹਦੇ ਵਿਊ ਘੱਟ ਜਾਂਦੇ, ਲੋਕਾਂ ਦੇ ਤਾਂ ਜਾਂਦੇ ਇਹਦੇ ਘੱਟ ਜਾਂਦੇ, ਇਹ ਚੱਕਰ ਕੀ ਹੈ ਬਾਵੇ ਯਾਰ, ਤੇਰਾ ਤਾਂ ਵਾਕਈ ਬੜਾ, ਸਾਰਾ ਪੰਜਾਬ ਤਾਂ ਬਾਹਰ ਹੀ ਜਾਈ ਜਾ ਰਿਹਾ, ਸਿਰਫ ਆਪਾਂ ਹੀ ਰਹਿਣਾ ਗੁੱਜਰ ਇੱਥੇ, ਸਹੀ ਗੱਲ, ਤੂੰ ਹੀ ਰਹਿਣਾ ਇਕੱਲੇ ਨੇ ਬਾਈ, ਕੀ ਕਰੀਏ ਹੁਣ, ਜ਼ਿੰਮੇਵਾਰੀਆਂ ਸਾਰਿਆਂ ਦੇ ਵਿਚਾਰਿਆਂ ਦੇ, ਨਹੀਂ ਸਰਦਾ ਅਗਲਿਆਂ ਦਾ, ਏਅਰਪੋਰਟ ਤੇ ਰਸ ਜ਼ਿਆਦਾ ਹੁੰਦਾ, ਜਾਣ ਵਾਲਾ ਇੱਕ ਹੁੰਦਾ, ਚੜ੍ਹਾਉਣ ਵਾਲੇ 5 ਹੁੰਦੇ ਆ, 6 ਜਣੇ ਹੋ ਗਏ,
ਮੰਨ ਲਓ 10,000 ਬੰਦਾ ਖੜਾ, 10,000 ਚੋਂ 1,000 ਜਾਂ 800 ਬੱਚਾ ਜਾਣ ਵਾਲਾ ਹੋਊਗਾ, ਕਈਆਂ ਤਾਂ ਟਰੈਵਲ ਟੈਂਪੂ ਆਇਆ ਹੁੰਦਾ ਛੱਡਣ, ਏਅਰਪੋਰਟ 'ਤੇ ਪਾਣੀ ਦੀ ਲੋੜ ਨਹੀਂ ਪੈਂਦੀ ਪੋਚਾ ਮਾਰਨ ਲੱਗੇ, ਹੰਝੂ ਇੰਨਾ ਡਿੱਗਦਾ ਉੱਥੇ ਤਾਂ, ਐਂ ਕੈਂ ਕਰੀ ਜਾਣਗੀਆਂ ਬੁੜੀਆਂ, ਪਤਾ ਨਹੀਂ ਕੀ ਹੋ ਗਿਆ ਹੁੰਦਾ ਜਵਾਕ, ਜਿਵੇਂ ਨਹਿਰ 'ਚ ਰੁੜ ਗਿਆ ਹੁੰਦਾ, ਔਖਾ ਹੁੰਦਾ ਯਾਰ ਮਾਵਾਂ ਨੂੰ ਪੁੱਤ ਤੁਰ ਰਿਹਾ, ਤੂੰ ਕਿੱਥੇ ਥੱਲੇ ਚੱਲਾਂ ਯਾਰ ਅੱਜ, ਤੇਰਾ ਅੱਡ ਜਹਾਜ਼ ਲੈਂਡ ਹੋਈ ਜਾਂਦਾ, ਦੱਸ ਕੰਮ ਔਖਾ ਵੈਸੇ ਯਾਰ, ਤੂੰ ਲੱਛਣ ਕਲਾਰ ਨਹੀਂ ਆਇਆ ਕਿ ਹੋਰ ਹੀ ਕੋਈ ਇੱਕ ਨਾ ਮੈਂ ਇੱਕ ਚੀਜ਼ ਵੇਖੀ ਹੈ, ਚਾਹੇ ਤੁਹਾਨੂੰ ਗੱਲ ਚੰਗੀ ਲੱਗੇ ਚਾਹੇ ਬੁਰੀ ਲੱਗੇ, ਪਰ ਜਦੋਂ ਕਿਤੇ ਬਾਹਰ ਜਾਣ ਦੀ ਗੱਲ ਹੁੰਦੀ ਹੈ ਲੋਕਾਂ ਨੂੰ ਸਿਰਫ ਕੈਨੇਡਾ ਹੀ ਯਾਦ ਆਉਂਦਾ, ਹੋਰ ਕੋਈ ਸ਼ਹਿਰ ਹੀ ਨਹੀਂ ਯਾਦ ਆਉਂਦਾ, ਪਤਾ ਨਹੀਂ ਕਿਉਂ ਕੈਨੇਡਾ। ਇੱਕ ਤਾਂ ਫਿਲਮਾਂ ਸਾਰੀਆਂ ਕੈਨੇਡਾ ਦੇ ਬਣ ਗਈਆਂ, ਵੈਬ ਸੀਰੀਜ਼ਾਂ ਬਣ ਗਈਆਂ, ਜਿਵੇਂ ਕੋਈ ਵੀ ਲਾ ਲਓ, ਹੈ ਨਾ, ਅਮਰੀਕਾ ਆਸਟ੍ਰੇਲੀਆ 'ਤੇ ਘੱਟ ਬਣੀਆਂ ਜਾਂ ਹੁਣ, ਪਰ ਹਰੇਕ ਬੰਦੇ ਨੂੰ ਐਂ ਹੁੰਦਾ ਬਸ ਕੈਨੇਡਾ ਜਾਣਾ ਕੈਨੇਡਾ, ਕੋਈ 100 ਚੋਂ 60-70% ਲੋਕ ਲਾਈ ਲੱਗ 'ਚ ਗਏ ਵੇ ਆ ਕੈਨੇਡਾ, ਜੈਨੂਨ ਹੈ ਇਹ ਗੱਲ। ਕੋਈ ਮੁੰਡਿਆਂ ਦੀ ਇੰਟਰਵਿਊ ਹੁੰਦੀ ਨਾ ਕੈਨੇਡਾ ਦੇ ਪੁੱਛਦੇ, ਕਹਿੰਦਾ ਕੁਛ ਨਹੀਂ ਬਾਈ ਯਾਰ, ਤਾਏ ਵਾਲਾ ਬਾਹਰ ਸੀ ਮਗਰ ਹੀ ਅਸੀਂ ਆ ਗਏ, ਭੂਆ ਵਾਲਾ ਬਾਹਰ ਸੀ ਮਗਰ ਹੀ ਅਸੀਂ ਆ ਗਏ, ਗਵਾਂਢੀਆਂ ਦਾ ਸ਼ੋਰ ਬਾਹਰ ਸੀ ਸਾਡੇ ਘਰ ਦੇ, ਕਹਿੰਦੇ ਤੂੰ ਵੀ ਜਾ, ਆਪਣੀ ਕੰਧ ਵੀ ਉੱਚੀ ਕਰਨੀ ਹੈ, ਚਲੋ ਉਹਨਾਂ ਮਗਰ ਅਸੀਂ ਆ ਗਏ। ਵੈਸੇ ਚਲ ਵਧੀਆ ਗੱਲ ਹੈ, ਜਾਣਾ ਚਾਹੀਦਾ ਮੈਂ ਤਾਂ ਕਹਿੰਦਾ, ਪਰ ਜਾਂਚ ਪੜਤਾਲ ਕਰਕੇ ਜਾਇਆ ਕਰੋ ਕਿਸੇ ਵੀ, ਮੈਂ ਇਹ ਨਹੀਂ ਕਹਿੰਦਾ ਬਾਹਰ ਨਾ ਜਾਓ, ਮੈਂ ਕੋਈ ਰਾਏ ਨਹੀਂ ਦੇਣ ਵਾਲਾ ਬਾਈ, ਤੁਹਾਡੇ ਪੈਸੇ ਤੁਹਾਡਾ ਵੀ ਲੱਗਣਾ, ਮੇਰਾ ਥੋੜ੍ਹੀ ਵਿੱਚ ਪੈਣਾ ਕੁਛ, ਮੇਰੇ ਭਾਣੇ ਜਾਓ ਜਿੱਥੇ ਮਰਜ਼ੀ ਜਾਓ, ਪਰ ਹਾਂ ਵੇਖ ਕੇ ਜਾਇਆ ਕਰੋ ਜਿੱਥੇ ਵੀ ਬਾਹਰ ਜਾਂਦੇ ਹੋ, ਮਤਲਬ ਚੈੱਕ ਕਰਕੇ ਕਿਹੜੀ ਯੂਨੀਵਰਸਿਟੀ ਵਧੀਆ, ਕਿਹੜਾ ਥਾਂ ਵਧੀਆ, ਕਿਹੜਾ ਨਹੀਂ ਵਧੀਆ, ਕਿਹੜੇ ਥਾਂ 'ਤੇ ਫੈਸਿਲਿਟੀਆਂ ਜ਼ਿਆਦਾ, ਕੰਮ ਜ਼ਿਆਦਾ ਘੱਟ ਹੈ ਜੇ ਵੋ, ਬਾਕੀ ਜਿਨ੍ਹਾਂ ਨੂੰ ਨਹੀਂ ਮਿਲਿਆ ਕੰਮ ਮਿਲ ਜਾਣਾ ਕੋਈ ਗੱਲ ਨਹੀਂ, ਵਾਹਵਾ ਦਵਾ ਦੇਗਾ ਚਲੋ, ਇੱਥੇ ਵੀ ਹੋਰ ਨਹੀਂ ਆਇਆ ਕਿ ਹਾਂਜੀ ਹਾਂਜੀ ਖਾਣੇ ਆਪਾਂ ਰਾਤ ਖਾਣੇ ਆ। ਸ਼ੁਕਰ ਹੈ ਤੇਰੀ ਸ਼ਕਲ ਵਿੱਚ ਕਿੱਦਾਂ ਹੀ ਗਰਮ ਬਣਨ ਪਾਈ ਕੱਢਣਾ, ਗੱਲ ਤਾਂ ਕੋਈ ਨਹੀਂ ਆਣੀ ਆਪਾਂ ਨੂੰ ਹੈ ਮੈਂ ਕਿਹਾ ਚੱਲ ਏਅਰਪੋਰਟ ਆਏ ਆ ਮਿੱਤਰ, ਆਪਾਂ ਘੁੰਮ ਲਈਏ, ਮੈਟਰੋ ਦੇਖ ਲਈਏ, ਉਹ ਰੋਕਣਗੇ ਤੇ ਨਹੀਂ ਨਾ ਆਪਾਂ, ਵੇਖ ਲਾ ਕੁਛ ਕਹਿਣਗੇ ਤੇ ਨਹੀਂ ਨਾ, ਫੇਰ ਠੀਕ ਪੇੜਾ ਹੀ ਮਾਰਨੀ ਆ ਬਸ, ਇਹਨੂੰ ਕੋਈ ਕੁਛ ਕਹਿ ਸਕਦਾ ਪੇੜਾ ਐਦਾਂ ਕਿ ਤੈਨੂੰ ਤਾਂ ਦੂਰੋਂ ਹੀ, ਤੈਨੂੰ ਨੈਟ ਤੇ ਗਾਲ ਬੜੀ ਵਾਰ ਜਾਂਦੀ ਹੈ, ਲਾਈਵ 'ਚ ਪੜਨ ਦੀ ਲੋੜ ਹੀ ਨਹੀਂ, ਜ਼ਿਆਦਾ ਹੋ ਗਿਆ, ਪਤਾ ਨਹੀਂ ਕਦੋਂ ਜਾਊਗਾ ਵਿਚਾਰਾ ਕੈਨੇਡਾ, ਉਹ ਕਿੱਦਾਂ ਦੁਨੀਆ ਆ ਰਹੀ, ਪਤਾ ਨਹੀਂ ਪ੍ਰੀਤ ਕਦੋਂ ਜਾਊਗੀ, ਦੁਨੀਆ ਆ ਰਹੀ ਓਏ, ਇੱਥੇ ਆਪਾਂ ਪ੍ਰੈਂਕ ਕਰ ਸਕਦੇ ਜਿਵੇਂ ਐ ਹੱਥ ਲਾ ਕੇ ਚੱਲ ਜਾਂਦੇ ਹੁੰਦੇ ਕੁੜੀਆਂ, ਚਪੇੜਿਆਂ ਵਾਲੇ ਕੰਮ ਹੀ ਆ, ਇੱਥੇ ਛਿੱਤਰ ਹੀ ਬਣੇ ਆ ਨਾ, ਇਹ ਤਾਂ ਗੱਲ ਠੀਕ ਆ, ਉਹ ਇਹਨਾਂ ਨੇ ਨਹੀਂ ਜਾਣ ਦੇਣਾ ਮਤਲਬ, ਮਿੱਤਰ ਕਹਿੰਦਾ ਜਾ ਟਹਿਲਦਾ ਹੀ ਫਿਰਦਾ ਏਅਰਪੋਰਟ 'ਤੇ। ਵੈਸੇ ਕਮਾਲ ਦੀ ਗੱਲ ਹੈ ਨਾ, ਮੰਨ ਲਓ 1% ਮੈਂ ਕਿਸੇ ਨੂੰ ਚੜਾਉਣ ਗਿਆ, ਮੈਂ ਉੱਥੇ ਟੈਚੀ ਮੋਰੇ ਫੋਟੋ ਖਿੱਚ ਕੇ ਲਾ ਦਾਂ, ਹੈ ਨਾ, ਚੱਲ ਸਟੋਰੀ ਪਾ ਦਾਂ ਸਨੈਪਚੈਟ 'ਤੇ, ਐਂ ਕਰਕੇ ਬੂਮਰੈਂਗ ਜੀ, ਮੈਨੂੰ ਤਾਂ ਹੀ ਸੰਗ ਸ਼ਰਮ ਆਊਗੀ ਲੋਕਾਂ ਨੇ ਆਖਣਾ ਸਾਲਿਆ ਕਦੇ ਆਈਲੈਟ ਸੈਂਟਰ ਤਾਂ ਤੈਨੂੰ ਪਤਾ ਨਹੀਂ ਕਿੱਥੇ, ਤੂੰ ਕਿੱਥੋਂ ਚੱਲ ਜਾਏਗਾ, ਇਹ ਵੀ ਨਹੀਂ ਵੇਂਦਾ, ਤੂੰ ਬਾਹਰ ਚੱਲ ਕੇ ਕਿਸ਼ਤਾਂ ਕੌਣ ਭਰੂਗਾ ਤੇਰੀਆਂ, ਦੱਸ ਪੀ ਲਾ, ਕਮਾਲ ਦੀ ਗੱਲ ਹੈ, ਟੋਪੇ ਲੇਲੀ ਨੀ ਮਿਲਦੀ ਹੁੰਦੀ ਆ ਉੱਥੇ ਇਮੀਗ੍ਰੇਸ਼ਨ VFS 'ਚ ਲੇਲੀ, ਤੂੰ ਤਾਂ ਲੈਂਦਾ ਹੀ ਰਹਿੰਦਾ, ਤੂੰ ਕੀ ਕਰਨੀ ਹੈ, ਤੇਰੇ ਪਲਾਟਾਂ 'ਚ ਇਹਦੀ ਰੇਂਜੂ ਹੀ ਨਹੀਂ ਆਉਣੀ, ਤੂੰ ਹੱਥ ਕਿਵੇਂ ਲਾਇਆ ਇਹਨੂੰ, ਹੈਂ ਦੱਸ 20 GB ਇਹ ਵਾਕਈ ਸਸਤਾ ਬੰਦਾ, ਬਰਾਊਨ ਬ੍ਰੈਡ ਵੀ ਮਿਲ ਗਏ, ਕਹਿੰਦਾ ਉਹ ਇਹੋ ਜਿਹਾ ਬਰਾਊਨ ਬ੍ਰੈਡ ਕਿੱਥੇ ਆਉਂਦਾ, ਕੀ ਹੈ ਗੱਲ, ਜੋ ਕੋਈ ਨੀ ਕਰ ਸਕੇ ਅਸੀਂ ਕੀਤਾ, ਏਅਰਪੋਰਟ ਤੇ ਚਾਹ ਵੇਚ ਰਿਹਾ ਕਿੱਦਾਂ, ਚੀਆਏ ਚੀਆਏ ਗਰਮ ਹੋਰ ਕਰ ਵੀ ਕੀ ਸਕਦਾ, 76 ਰੁਪਏ ਦੀ ਚਾਹ, 76 ਰੁਪਏ ਦੀ ਚਾਹ।
ਬਰਾਬਰ 76 ਰੁਪਏ 10 ਰੁਪਏ ਦਾ ਕੱਪ 76 80 ਰੁਪਏ ਭਲਾ ਹੋ ਜੀ ਵਾਹੇ ਲੁੱਟ ਸੁੱਟ ਬਹੁਤ ਚੱਲਦੀ ਆ ਵੀ ਮੇਰਾ ਕਦੋਂ ਇਹ ਦਿਨ ਆਊਗਾ ਰੱਬਾ ਤੇਰਾ ਵੀ ਜਾਊਂਗਾ ਤੇਰਾ ਉਹ ਦਿਨ ਆਊਗਾ ਉਹ ਤੂੰ ਪ੍ਰੀਤ ਨੂੰ ਪੜ੍ਹਾਉਣ ਲਈ ਸੱਚ ਤੂੰ ਲੋਨ ਵੀ ਚੱਕਣਾ ਹਜੇ ਉਹਦੀਆਂ ਕਿਸ਼ਤਾਂ ਵੀ ਭਰਨੀਆਂ ਪੈਣਗੀਆਂ ਤੂੰ ਕਿਰਤ ਨੂੰ ਬਾਹਰ ਭੇਜੀ ਇੰਗਲੈਂਡ ਫਿਰ ਉਹ ਪਾਪੇ ਨੂੰ ਬੁਲਾਵੇਗੀ ਆਪਦੇ ਪਾਪੇ ਦਾ ਵੀਜ਼ਾ ਲਵਾ ਕੇ ਮੇਰੇ ਪਾਪੇ ਦਾ ਸਰਦਾ ਨਹੀਂ ਮੇਰੇ ਪਾਪੇ ਨੂੰ ਉਲਟੀ ਆਉਂਦੀ ਇੱਥੇ ਭੇਜੋ ਇੰਗਲੈਂਡ ਇੰਗਲੈਂਡ ਵਾਲੇ ਤੁਹਾਨੂੰ ਖਿੱਚ ਨਹੀਂ ਆਉਂਦੀ ਇਹਦੀ ਕਮੈਂਟ ਕਰਿਆ ਕਰੋ ਥੱਲੇ ਜਾ ਕੇ ਤੂੰ ਨਾਂ ਕਿਵੇਂ ਲੈ ਤਾ ਇੰਗਲੈਂਡ ਦਾ ਦੱਸ ਸ਼ੁਕਰ ਮਾਲਕ ਦਾ ਸ਼ੁਕਰ ਮਾਲਕ ਦਾ ਮੈਂ ਵੀ ਕਿਸੇ ਦੇ ਬੈਗ ਚੱਕੇ ਮੈਂ ਵੀ ਏਅਰਪੋਰਟ ਗਿਆ ਕਿਸੇ ਨੂੰ ਚੜਾਉਣ ਸ਼ੁਕਰ ਮਾਲਕ ਦਾ ਮੈਂ ਵੀ ਸ਼ੀਸ਼ੇ ਵੇਖਿਆ ਕਿੰਨੇ ਸਾਫ਼ ਹੋਏ ਆ ਏਅਰਪੋਰਟ ਵਾਲੇ ਕਿ ਨਹੀਂ ਹੋਏ ਚਲੋ ਹੁਣ ਹੋਊਗਾ ਇੱਥੇ ਮੇਲੇ ਹੋ ਰਹੇ ਆ ਮੇਲੇ ਆ ਅੱਛਾ ਆਹ ਭਾਈ ਚੱਲਦਾ ਠੀਕ ਆ ਬਾਈ ਤੂੰ ਰੋਕ ਲਓ ਜੇ ਇੰਨਾ ਰਸ਼ ਲੈਣਾ ਹੀ ਬੜੀਆਂ ਲੱਗੇ ਭਈਆ ਲਓ ਵੀ ਰੋ ਪੇ ਬਾਈ ਔਖਾ ਆਹ ਵੇਲਾ ਔਖਾ ਹੁੰਦਾ ਨਾ ਬਾਕੀ ਏਅਰਪੋਰਟ ਤੇ ਚਲੋ ਇੱਕ ਚੱਲਿਆ ਕਿ ਦੋ ਚੱਲੇ ਆ ਬਾਬਾ ਇਹਨਾਂ ਨੇ ਵਲੌਗ ਬਣਾਉਣ ਲਿਆਉਂਦਾ ਮੈਨੂੰ ਲੱਗਦਾ ਹੱਲ ਤੇਰੀ ਸ਼ਕਲ ਹੀ ਹੈ ਨਹੀਂ ਬਾਹਰ ਜਾਣ ਵਾਲੀ ਸੱਚੀ ਜੈਨੂਨ ਵੇਚ ਹੈ ਨਹੀਂ ਗੀ ਲੱਗਦਾ ਹੀ ਨਹੀਂ ਤੂੰ ਬਾਹਰ ਜਾਣ ਵਾਲਾ ਤੂੰ ਪੋਟਰ ਦਾ ਕੰਮ ਕਰੀ ਜਾਂਦਾ ਇੱਥੇ 500 ਵਾਲਾ 250 'ਚ ਬਾਈ ਮੈਂ ਛੱਡਿਆ ਨਾ ਚਾਚੀ ਤੁਹਾਡੇ ਦੋ ਟਰਾਲੀ ਕਿ ਨਹੀਂ ਰੇੜੀ ਜਾਂਦੇ ਆ ਅੱਛਾ ਵੀ ਚੱਲਦਾ ਹੁਣ ਲੱਗੀ ਰਵਾਨਗੀ ਯਾਰ ਦੀ ਫਿਰ ਹੈ ਬੋਲੋ ਮਿੱਤਰੋ ਕਿੱਦਾਂ ਦੇਖ ਰਹੇ ਫਿਰ ਇਹ ਚੱਲਿਆ ਕਿ ਕੁੜੀ ਚੱਲ ਮੁੰਡਾ ਹੀ ਚੱਲਿਆ ਸਾਈਡ ਬੈਗ ਪਾਇਆ ਉਹਦੇ ਧਿਆਨ ਰੱਖਣਾ ਪੈਣਾ ਆਪਣਾ ਨਹੀਂ ਜਾਂਦੇ ਸੀ ਇਹ ਸਾਡਾ ਨੰਬਰ ਬਲੌਗ 'ਚ ਨਹੀਂ ਪਾਣਾ ਤੇਰਾ ਤਾਂ ਬਲੌਗ ਵੇਖਣ ਤੋਂ ਬਾਅਦ ਹੀ ਪਾ ਦੂਗਾ ਇਹ ਜਾਂ ਮੇਰਾ ਰੋਮਾਂਚਕ ਵੇਖਣ ਤੋਂ ਬਾਅਦ ਪਾ ਦੂਗਾ ਲਓ ਪੀ ਚਲੋ ਓਏ ਉਹ ਭੱਜ ਭੱਜ ਕੇ ਵੀਡੀਓ ਕਿਵੇਂ ਬਣਾਈ ਜਾਂਦੀ ਇਹਦੀ ਜਿੰਮੀ ਸ਼ੇਰ ਗਿੱਲ ਉੱਤਰ ਆਉਂਦਾ ਜਿਵੇਂ ਹੈ ਨਾ ਏਅਰਪੋਰਟ ਤੋਂ ਲ ਇੱਕ ਤਾਂ ਨਾ ਇੱਕ ਮੈਂ ਰੀਲਾਂ ਦੇ ਇੱਕ ਚੀਜ਼ ਬੜੀ ਵੇਖੀ ਆ ਇੱਥੋਂ ਇਹ ਪਹਿਲਾਂ ਇੱਥੋਂ ਬਾਹਰ ਜਾਣ ਦੀ ਅੱਗ ਲੱਗੀ ਹੁੰਦੀ ਆ ਕੋਈ ਵੀ ਲਾ ਲਓ ਹਰੇਕ ਨੂੰ ਹੀ ਆ ਕਾਲੀ ਕੋਈ ਹੈ ਨਹੀਂ ਜਿਹਨੂੰ ਨਾ ਕਾਲੀ ਹੋਵੇ ਸਾਰਿਆਂ ਨੂੰ ਕਾਲੀ ਆ ਬਾਹਰ ਜਾਣ ਦੀ ਜਦੋਂ ਪਹੁੰਚ ਜਾਣ ਉੱਥੇ ਸੋਹਣਾ ਤਾਂ ਹੈ ਮੁਲਕ ਬਥੇਰਾ ਮਾਏ ਈ ਦੱਸ ਮੁਲਕ ਬਥੇਰਾ ਸੋਹਣਾ ਫਿਰ ਚਾਹੀਦਾ ਕੀ ਤੁਹਾਨੂੰ ਇੱਥੇ ਦੱਸ ਫਿਰ ਨਾਲ ਦੀ ਨਾ ਪਿੰਡ ਚੇਤੇ ਆ ਜਾਂਦਾ ਉਦੋਂ ਕਹਿਣਗੇ ਮੈਂ ਚੱਲ ਜਾਂ ਬਾਹਰ ਤੁਹਾਡੇ ਨੰਬਰ ਸਾਰਿਆਂ ਨੇ ਵਲੋਗ 'ਚ ਪਾ ਦੇਣੇ ਮੈਂ ਸਾਰੇ ਕਰ ਦੇਣ ਲਓ ਪੀਤਾ ਮੇਰਾ ਉੱਥੇ ਜਾ ਕਹਿਣਗੇ ਸੋਹਣਾ ਤਾਂ ਹੈ ਕੁਛ ਕੱਢਣ ਪਾਉਣ ਨੂੰ ਕਿਹੜੇ ਚੜਾਉਣ ਤੇ ਮਿੱਤਰਾ ਚੰਗਾ ਬਾਏ ਧਿਆਨ ਰੱਖੀ ਆਪਣਾ ਮੈਨੂੰ ਯਾਦ ਇਹ ਕਿੱਥੋਂ ਗੇੜਾ ਮਾਰ ਲੂ ਯਾਰ ਇਹ ਤਾਂ ਆਪਦੇ ਘਰੇ ਗੇੜਾ ਮਸਾ ਮਾਰਦਾ ਤੇਰੇ ਘਰੇ ਕਿੱਥੇ ਗੇੜਾ ਮਾਰ ਲੂ ਯਾਰ ਅੱਛਾ ਦੋ ਦੂਜਾ ਕਿਹੜਾ ਚੱਲਾ ਇਹਦੇ ਨਾਲ ਕਿਹਦੀ ਘਰ ਵਾਲੀ ਹੈ ਵਿਖਾਉਂਦਾ ਨਹੀਂ ਪਿਆ ਇਹ ਹਾਂ ਉਹ ਆਇਆ ਸੀ ਨਾ ਪਿੱਛੇ ਸੀਨ ਮਾੜਾ ਜਿਹਾ ਅੱਛਾ ਇਸ ਦੀ ਵਾਈਫ ਕਹੀ ਹੈ ਬੰਦੇ ਕੀ ਇਸਨੇ ਦਿਖਾਇਆ ਨਹੀਂ ਉਸਕੋ ਵਾਹ ਗੋਡੇ ਆ ਚਲ ਇਹ ਅੰਦਰ ਕਾਹਤੋਂ ਇਹ ਏਅਰਪੋਰਟ ਦੇ ਜਦੋਂ ਤੁਸੀਂ ਬੂਹੇ 'ਚ ਵੜਨ ਲੱਗਦੇ ਹੋ ਜਿਹੜੇ ਗੇਟ 'ਚ ਲੱਗੇ ਹੁੰਦੇ ਉਹਨਾਂ ਦੇ ਬਾਹਰ ਪਿੱਛੇ ਥਾਮਾਂ 'ਤੇ ਵੀ ਲੱਗੀ ਹੁੰਦੀ ਮਸ਼ੀਨ ਉੱਥੇ ਵੀ ਪੋਟਰ ਵਾਲਾ ਡੱਬਾ ਬਣਿਆ ਹੁੰਦਾ ਉੱਥੇ ਹੀ ਉਹ ਬਣਿਆ ਹੁੰਦਾ ਏਅਰਪੋਰਟ ਵਾਲਾ ਕੰਡਾ 'ਚ ਵੀ ਲੱਗਿਆ ਹੁੰਦਾ ਉਹ ਕੰਡਾ ਲੱਗਿਆ ਹੁੰਦਾ ਏਅਰਪੋਰਟ 'ਤੇ ਹਾਂ ਜਨਤਾ ਬੈਗ ਤੋਲ ਦਿੰਦੀ ਫ੍ਰੀ ਹੁੰਦਾ ਸਿਸਟਮ ਇਹ ਮੈਂ ਵੀ ਬਥੇਰੇ ਹਰ ਗਿਆ ਏਅਰਪੋਰਟ 'ਤੇ ਚੜ੍ਹਾਉਣ ਹੀ ਗਿਆ ਮੈਂ ਚਲੋ ਨਹੀਂ ਇੱਕ ਦੋ ਵਾਰੀ ਗਿਆ ਮੈਂ ਕਿੱਡਾ ਤਗੜਾ ਹੋ ਰਿਹਾ ਇਹਦਾ ਚੱਕ ਲਿਆ ਭਾਰ ਪੂਰਾ ਦੇ ਚਲੋ ਅੱਛਾ ਉਹ ਆਪਦੀ ਵਾਈਫ ਨਾਲ ਚੱਲਿਆ ਬਾਹਰ ਯੂਕੇ ਬਾਵੇ ਨੂੰ ਆਉਂਦਾ ਹੋਊਗਾ ਹਾਏ ਪ੍ਰੀਤ ਵੀ ਹੁੰਦੀ ਮੇਰੇ ਨਾਲ ਕਿ ਤੂੰ ਦਾ ਕੀ ਕਰਦੇ ਚਲੋ ਉਹ ਸਾਰਾ ਵਲੋਗ ਹੀ ਉਹਦਾ ਪਾਈ ਨਾ ਟੋਪੇ ਤੂੰ ਤਾਂ ਤੇਰਾ ਤਾਂ ਆਪਦਾ ਕੁਛ ਵੀ ਹੈ ਨਹੀਂ ਇਹਦੇ 'ਚ ਦੱਸ ਲ ਸ਼ੁਕਰ ਮਾਲਕ ਦਾ ਤੂੰ ਐਂ ਕਰਤਾ ਜਿਵੇਂ ਕਿਰਤ ਦੀ ਡਿਵੀਜ਼ਨ ਵੀ ਪਹਿਲੀ ਵਾਰ 'ਚ ਹੋ ਗਈ ਹੁੰਦੀ ਉੱਥੇ ਦੱਸ ਛੋਟੇ ਬੰਦ ਕੀ ਆ ਕੇ ਕਰ ਲਈ
ਹੋਰ ਚਲੋ ਅੱਗੇ ਆ ਜਾਓ ਉੱਥੇ ਜਾਣਾ ਉਹਨੇ ਜੀ ਦਿਓ ਸਾਹਮਣੇ ਦਾ ਸਾਡਾ ਗਿਆ ਹੋਇਆ ਐਂਬੈਸੀ ਵੱਲ ਆਪਾਂ ਵੇਟ ਕਰ ਰਹੇ ਹਾਂ ਦੇਖਿਓ ਹੱਥ ਜੁੜ ਕੇ ਐਂਬੈਸੀ ਦਾਸਾਂ ਕਰ ਰਹੇ ਬਾਬਾ ਬਸ ਪ੍ਰਾਪਤ ਐਂਬੈਸੀ ਕਿੱਥੇ ਚੰਡੀਗੜ੍ਹ ਫਿਰ ਚੱਲ ਗਿਆ ਵੀ ਐਫਐਸ ਕੇ ਦੁਆਰਾ ਐਂਬੈਸੀ ਗਿਆ ਵੈ ਇਮੀਗ੍ਰੇਸ਼ਨ ਕਲੀਅਰ ਹੋਈ ਜਾਂਦੀ ਹੈ ਉਹਦੀ ਹਜੇ ਐਂਬੈਸੀ ਗਿਆ ਵੈ ਐਂਬੈਸੀ ਹੋ ਗਈ ਉਹਦੀ ਇਹ ਵੀ ਟੁੰਨੇ ਦਾ ਭਰਾ ਹੀ ਹੈ ਟੋਪਾ ਚਾਹਦੀ ਉਹਨੂੰ ਅਸੀਂ ਘਰ ਰਵਾਨ ਕੀ ਕਰੀਏ ਤੇ ਹੋਰ ਤੂੰ ਕੀ ਮਗਰ ਚੱਲ ਜਾਏਗਾ ਬਹਿ ਕੇ ਉਹਦੇ ਜੇ ਸਾਲਾ ਤੂੰ ਮੂੰਹ ਅੱਲਾ ਲੋ ਜੀ ਫਾਨ ਲਵ ਯੂ ਜਾਨੇ ਮਿਸ ਯੂ ਹਾਂ ਫਿਰ ਮਾਤਾ ਸਤਿ ਸ੍ਰੀ ਅਕਾਲ ਪਹੁੰਚ ਗਿਆ ਘਰੇ ਉਹ ਵਾਹ ਮਾਤਾ ਇੰਗਲੈਂਡ ਪਹੁੰਚ ਗਈ ਕਿ ਤੂੰ ਸ਼ੁਕਰ ਹੈ ਮਾਲਕ ਦਾ ਤੁਸੀਂ ਮਾਂ ਪੁੱਤ ਇਕੱਠੇ ਹੋਏ ਇੰਗਲੈਂਡ 'ਚ ਕਿਵੇਂ ਇੰਗਲੈਂਡ 'ਚ ਗੀਜ਼ਰ ਵੀ ਚੱਲਦੇ ਇਹੋ ਜੇ ਉਹ ਵਾਰ ਕਰ ਤੈਨੂੰ ਚੱਲ ਗਿਆ ਰਾਜਾ ਬਾਹਰ ਅੱਲਾ ਬੜਾ ਖੁਸ਼ ਸੀ ਪੌਂਡ ਮੂੰਹ ਨੀਵੇਂ ਦਾ ਗੱਲ ਕਰਨ ਲੱਗਿਆ ਪੰਜ ਛੇ ਪੌਂਡ ਨਾ ਪਾਵੇ ਤੈਨੂੰ ਪੰਜ ਛੇ ਲੱਖ ਰੁਪਈਆ ਨਾਲ ਪੌਂਡ ਆਹ ਕਿਹੜੀ ਕਰੰਸੀ ਆ ਰੁਪਈਆ ਤੇ ਪੌਂਡ ਇਕੱਠਾ ਹੀ ਲੱਗ ਜਾਂਦਾ ਚੱਲ ਇਹਨੂੰ ਤਾਂ ਪੰਜ ਛੇ ਪੌਂਡ ਨਾ ਪਾਵੇ ਇਹਨੂੰ ਆਖੇ ਤੂੰ ਇੱਥੇ ਵੇਖ ਲਾ ਸ਼ਕਲ ਰਹਿਣ ਦੇ ਟੂਣਾ ਨਾ ਹੋ ਜਾਏ ਨੋਟ ਤੇ ਰਹਿਣ ਦੇ ਵਿਖਾਣ ਨੂੰ ਇਹਨੂੰ ਵੀ ਆਖਦਿਆ ਕਰੋ ਮਨ ਲਾ ਕੇ ਵੀਡੀਓ ਪਾਵੇ ਵਧੀਆ ਪਾਵੇ ਸਿਆਣੀ ਵੀਡੀਓ ਪਾਵੇ ਸਿਆਣਾ ਥੰਬਨੇਲ ਲਾਵੇ ਸਾਰੇ ਸਾਰੇ ਘਰ ਦੇ ਸਮਝਾਉਂਦੇ ਥੱਕ ਜਾਂਦੇ ਇਹਨੂੰ ਫਿਰ ਵੀ ਨੀ ਅਕਲ ਆਉਂਦੀ ਤੂੰ ਕੋਈ ਸਰਪ੍ਰਾਈਜ਼ ਨੀ ਦੇਣਾ ਤੂੰ ਬੇਜਾਈ ਕਰਾਉਣੀ ਹੈ ਸਾਰੇ ਪਾਸੇ ਤੂੰ ਕਿਤੇ ਨੀ ਜਾਣਾ ਗਾ ਤੂੰ ਪਲਾਟਾਂ ਚੋਂ ਨਿਕਲ ਕੇ ਇੱਧਰਲੇ ਘਰੇ ਜਾਣਾ ਜਾਂ ਕਿਸੇ ਨੂੰ ਤੂੰ ਆਉਣ ਜਾਣ ਛੱਡਣ ਜਾਣਾ ਹੋਰ ਕਿਤੇ ਨੀ ਜਾਣਾ ਤੂੰ ਤੇਰਾ ਸਰਪ੍ਰਾਈਜ਼ ਹੀ ਨਾ ਸੂਤ ਆਇਆ ਇਹ ਪਹਿਲਾ ਬੰਦਾ ਦੁਨੀਆ ਦਾ ਜਿਹੜਾ ਕੰਮ ਦਾ ਕੋਈ ਸੁਪਨਾ ਵੀ ਆ ਜਾਏ ਨਾ ਉਹਨੂੰ ਵੀ ਇਹ ਸੱਚ ਕਰਕੇ ਉਹ ਕਰ ਦਿੰਦਾ ਰਿਵੀਲ ਕਰ ਦਿੰਦਾ ਇੱਥੇ ਬਸ ਮੇਰਾ ਸਰਪ੍ਰਾਈਜ਼ ਹੈ ਜੀ ਮੰਮੀ ਨਾਲ ਲੈ ਕੇ ਜਾਊਗੀ ਮੈਨੂੰ ਹਨਾ ਚਲੋ ਇੰਗਲੈਂਡ ਮੰਮੀ ਕੀ ਡਾਕਟਰ ਲੱਗੀ ਹੈ ਨਹੀਂ ਮੈਂ ਜਾ ਰਿਹਾ ਜੀ ਬਹੁਤ ਜਲਦ ਅੰਜੋ ਕੋਈ ਝੂਠ ਨਹੀਂ ਹੈ ਜੀ ਕੋਈ ਸੱਚ ਨਹੀਂ ਹੈ ਮੈਂ ਬਹੁਤ ਜਲਦ ਜਾ ਰਿਹਾ ਕਹਿੰਦੇ ਅਜੇ ਕੋਈ ਝੂਠ ਨਹੀਂ ਇਹਦੇ 'ਚ ਕੋਈ ਸੱਚ ਵੀ ਨਹੀਂ ਟੀ ਓ ਡਬਲ ਪੀ ਏ ਸੱਚ ਵੀ ਨਹੀਂ ਗਾ ਬਾਬੇ ਕਿਸ ਪੇਸ 'ਤੇ ਜਾਏਗਾ ਤੂੰ ਬਾਹਰ ਯਾਰ ਟੂਰਿਸਟ ਲਵਾ ਕੇ ਚੱਲ ਜਾ ਇੱਕ ਵਾਰੀ ਆਕੜ ਭਾਂਦੇ ਸਾਡੀ ਲਓ ਜੀ ਪਹੁੰਚ ਗਿਆ ਮੈਂ ਵੀ ਇੰਗਲੈਂਡ ਬਣ ਜਾ ਕੇ ਬਿਰਰਾਮ ਗੜੀਏ ਤੂੰ ਵੀ ਸੰਦੀਪ ਪਹਿਲੋਂ ਰੋਲਾ ਪਾਇਆ ਕਰ ਤੈਨੂੰ ਅਕਲ ਹੈ ਨਹੀਂ ਮਾਸਾ ਵੀ ਇਹ ਨਾਮ ਦੀ ਚੀਜ਼ ਹੀ ਨਹੀਂ ਹਾਂ ਜਦੋਂ ਜਾਏਗਾ ਉਹਦੇ ਸਰਪ੍ਰਾਈਜ਼ ਦੇ ਅਗਰ ਹਜੇ ਨਾ ਸਹੀ ਗੱਲ ਹੈ ਪਹਿਲਾਂ ਤਾਂ ਇਹ ਤੇਰਾ ਕੰਮ ਬੰਦਾ ਸਹੀ ਗੱਲ ਹੈ ਚੀਜ਼ ਹੀ ਨਹੀਂ ਆ ਮਾਸਾ ਹੀ ਅਕਲ ਨਹੀਂ ਆਂਟੇ ਜੇ ਇਹਨੂੰ ਤਾਂ ਇਹ ਤਾਂ ਜਾ ਕੇ ਸਭ ਇਹਦੇ ਤਾਂ ਟਿਕਦੀ ਨਹੀਂ ਇਹਦੇ ਇੱਥੇ ਹੀ ਗੁਲਗੁਲਾ ਵੜਿਆ ਹੋਇਆ ਢੱਡ 'ਚ ਜਲਦੀ ਜਲਦੀ ਗੱਲਬਾਤ ਕੱਢ ਦਿੰਦਾ ਤਾਂ ਹੀ ਤਾਂ ਮਾਸਾ ਵੀ ਸਰਪ੍ਰਾਈਜ਼ ਨਹੀਂ ਦੇਣਾ ਚਲੋ ਗਾਈ ਬਾਅਦ 'ਚ ਆਪਾਂ ਕਰਾਂਗੇ ਫਿਰ ਹਨਾ ਆਪਾਂ ਇੱਦਾਂ ਦੀ ਬਾਰੇ ਕੋਈ ਗੱਲ ਨਹੀਂ ਕਰਨੀ ਆਂਟੀ ਵੀ ਤਕੜੀ ਐਕਟਿੰਗ ਕਰਦੇ ਤੇਰਾ ਤਾਂ ਹੀ ਕੰਮ ਬੰਦਾ ਬੰਦਾ ਰੁਕ ਜਾਂਦਾ ਤਾਂਹੀਂ ਤੈਨੂੰ 20 ਫੈਸਲੇ ਬਾਹਰੋਂ ਮੋੜ ਦਿੰਦੇ ਵੀ ਜਾ ਕੇ ਫਾਈਲ ਲੈ ਕੇ ਆ ਖਾਲੀ ਕਿਉਂ ਆ ਜਾਂਦਾ ਸਾਡੇ ਕੋਲ ਇੱਥੇ ਹੈ ਨਹੀਂ ਪੋਚੇ ਵਾਲੀ ਜੋਬ ਰਾਜੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀ ਫੈਮਿਲੀ ਨੂੰ ਰੱਬ ਦੇ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਖੁਸ਼ ਰਹੀ ਤੇ ਮਿਸ ਯੂ ਬ੍ਰੋ ਬਹੁਤ ਯਾਦ ਆ ਰਹੀ ਹੈ ਤੇਰੀ ਹੁਣ ਯਾਦ ਆਉਣ ਲੱਗ ਗਈ ਚੱਲ ਕੋਈ ਗੱਲ ਨਹੀਂ 5 ਸਾਲ ਹੋ ਗਏ ਗਏ ਨੂੰ ਕੇ ਜਾਣਾ ਹੀ ਸੀਗਾ ਤੇ ਮਿਲਦੇ ਆਪਾਂ ਇੰਗਲੈਂਡ ਆ ਗਏ ਮੈਨੂੰ ਲੈ ਜਿਓ ਇੰਗਲੈਂਡ ਤੇ ਮੈਂ ਮਿਲ ਲੂੰਗਾ ਆ ਕੇ ਤੈਨੂੰ ਲੈ ਜੂਗਾ ਤੈਨੂੰ ਸਾਥ ਲੂਗਾ ਤੂੰ ਮਿਲ ਲਈ ਹਾਂ ਕੋਈ ਗੱਲ ਚਲੋ ਜਿੱਥੇ ਰਹਿਣ ਬਸ ਰਾਜੀ ਰਹਿਣ ਭਾਵੇਂ ਪਲਾਟਾਂ 'ਚ ਰਹਿਣ ਭਾਵੇਂ ਆਪਦੀ ਔਕਾਤ 'ਚ ਰਹਿਣ ਅਤੇ ਭਾਵੇਂ ਔਕਾਤ ਤੋਂ ਬਾਹਰ ਰਹਿਣ ਬਸ ਰਾਜੀ ਰਹਿਣ ਖੁਸ਼ ਰੱਖੀਏ ਕਿ ਰਹਿਣ ਦੇ ਮੈਂ ਗਾਣੇ ਨਾ ਹੀ ਗਾਇਆ ਕਰਾਂ ਪਤਾ ਕੀਤਾ ਸੀ ਬੋਰਡ ਮੈਂ ਗੋਪੀ ਉਹ ਵੱਜਣਾ ਤੈਨੂੰ ਕੀ ਨਾਂ ਸੀ ਉਹਦਾ ਕਹਿੰਦਾ ਕੁੜੀ ਨਾਲ ਚੱਲਿਆ ਤੁਰਿਆ ਨਾਲ ਉਹ ਪਿੱਛੋਂ ਤੁਰੀ ਆਉਂਦੀ ਸੀ ਵਿਚਾਰੀ ਬੇਬੇ ਤੇ ਮਾਤਾ ਦੀ ਧੀ ਤੇ ਉਹਦੇ ਨਾਲ ਐ ਥੰਮਣੇ ਲਾਤਾ ਜੋੜ ਕੇ ਉੱਤੋਂ ਹਾਈਡ ਕਰਕੇ ਫੇਸ ਲਾਈ ਜਾਂਦਾ ਟੋਪਾ ਦੱਸ
मेरी अर्गा नहीं ना जरा दो साल छे बजे वापस आ गया किरत बहुत याद करती पी ताऊ कितने ताऊ कितने मैं ताऊ चला गया चल कितने गया ऐसा नहीं सदन लग गया कदो आऊगा मैं पता नहीं पुत कोई ना मैं मिल आऊंगी तू प्रीत गई रोवे तू तो रोते कि गए ते रोलिया कहू बड़ा रोया दसन की लोड़ सी तू रोन लक्षण कत्ता तू तेरी अख च तेरे मुंह च ठुक डिग पे तू ओ बलॉग पा दिना हंजू डिगे क्यों ना भावे तू ओही गल है ना मैं ताइयों उन्हां दे सामने किसे सामने नहीं रोया अगले ने बहुत कुछ घर ने सब नू पता पूरे महले नू पता की कुछ नहीं जरिया चलो रब सुख रखे तो रख ली अपने सुख हूं तू आ दस की करेगा पकौड़िया खाने देखदार ही सारे सब्सक्राइब कराई बहुत दो तीन आप तक कमाले महीने का पहला हो दो तीन तो आप कमाई मसा होगी दो तीन तेन पावे तो आप चरखा कत्तूगा उत्थे बह के गोरिया के दो तीन मैनू पे मूँह नहीं वेंदा तेन दो तीन पौंड ना पावे वह किड्डा यार पिलर बंदा इन्नी फीलिंग तो मैं किसी भी नहीं देखी बहुत ये रब न कहना तू थले बह मैं सैड से बहना तू थले आ थोड़ा इधर सैड से आवे थले मैं ज्यादा नहीं चाहिए तेरे तो इन्नी फीलिंग लगता मैं ध्यान च रखी मेरे परिवार नु ध्यान च रखी बाकी सारे ब्लॉक कर दी मम्मी तू की कहना चाहूंगी बस मैं ये कहने ध्यान ना काम करी मन ला के रखे पिछे का ते देखे पिछे मां प्यो वाल देखे बस के अपना ध्यान रखे हां अपना ध्यान रखे अपने सही दा ध्यान काम मन ला के करे सही कुछ कुछ गया वा कुछ कुछ ला के फिर आवे अपने घरे खुशी खुशी आवे बस खुशी खुशी आवे खुशी खुशी आवे एडा भुखा है ना नीते दी पैसों ती है फिर आखू असी मजाक करते सानू की लोड़ पैसे दी सीधी जी भाषा च कह देना मेरी किश्तें भर दे करी बहुत आ राजा भाजी बहर चले एक पहले मिनट च दसता भी राजा भाजी बहर गया तो शुक्र मालक दा किया जिवें किट्टू पहला पहुंच गई होंगी है प्रीत फ्लाइट च होंगी है मैं दिल्ली एयरपोर्ट ती अजे बस असि तिने घर वाला घर ली तो साडा बच्चा असि इकट्ठे हो जाएंगे प्रीत कदों जाऊगी बाहर कनेडा प्रीत ने बड़ा वैसे चक्या सी ना उदो इन्हें तो कनेडा जाना सी इन्हें चक्या सच प्रीत भी कनेडा कनेडा करती रही सी मैं कनेडा जाना मुड़ दुबई तो आए असी यह भी कनेडा के मूँह नहीं विआह कराया से मेरे नाल पता नहीं की सीगा कि कनेडा कनेडा करती रही सी प्रीत कहती सच मैनू भी सुपने विखांदा सी तेनू मैं कनेडा भेज दूंगा आप दुबई भी नहीं जा सकिया गलत गल है तुम हवा ज़्यादा चक लें ता ही थोड़ा काम खराब होंगे कोई भी जिंदगी कद भी इन्हों नहीं दसदा तुहानू दसदा कद भी कोई भी स्टैप चकना पहला उन्होंने पूरा करो फिर वो अपडेट दो जिन्ह के मूँह सुजने सुजी जो तुम अंब लैने अजक लोग आपदे आप सैटिस्फाई नहीं करते लोगों को सैटिस्फाई करने लगे पे है जे उन्होंने बेच ता ही लोग दुखी होंगे आपदे आप क्योंकि आपदे आप सैटिस्फाई तो कर ही नहीं दे ना आपदे आप खुशी दे रहे हो बस उन्होंने खुशी मिल जाए स्टेटस पा दा उन्होंने पता लग जाए पहला मेरी इतने भावें गड्डी भन्नी जाए कोई चक्कर नहीं स्टेटस पा के वो अग साड़दा भावें मैं गड्डी लवाना किसी बगाने की होवे कोई चक्कर नहीं सो ओके जी बाबी मिलते फिर गलबात रोमांचिक इंग्लैंड ब्लॉग के सो बर्फ बहुत पै रही है सो ध्यान रखे तुम सारे ने मैं तो इंग्लैंड है ना बावे लै गया से मैंने भी बावे नाल ही सो बाय सबसक्राइब कर दे चैनल तो इंस्टा स्नैपचैट तो मैंने अगे जाके ऐड कर लियो
ਇੰਗਲੈਂਡ ਵੱਲੋਂ ਚੱਪਲ ਲਾ ਲਏ, ਸਾਰੇ ਬੈਗ ਲਵਾ ਕੇ ਸਾਈਡ 'ਤੇ ਰੱਖ ਲਏ। ਇਹ ਏਅਰਪੋਰਟ 'ਤੇ ਵੀ ਕਿਵੇਂ ਚੱਲ ਗਿਆ, ਇਹਨੂੰ ਰਾਹ ਕਿਹਨੇ ਦੱਸਿਆ ਏਅਰਪੋਰਟ ਦਾ? ਸਬਸਕ੍ਰਾਈਬ ਕਰਦੇ ਚੈਨਲ ਨੂੰ। ਗਲੀਆਂ ਦੀ ਨੌਲੇਜ ਬਥੇਰੀ, ਜੱਟ ਨੂੰ ਨੀ ਹਾਲੇ ਲਿਖਦਾ ਨੀ ਗਾਣੇ ਮੈਂ ਕਿਤਾਬਾਂ।